ਬੜੀ ਮਨਮੁਖੀ ਘਟਨਾ ਹੋਈ ਹੈ ਕਿ ਇੱਕ ਕੋਰਟ ਕੰਪਲੈਕਸ ਵਿੱਚ ਜਿੱਥੇ ਲੋਕਾਂ ਦਾ ਇੱਕ ਆਸਥਾ ਬਣੀ ਹੈ ਕਿ ਇੱਥੇ ਉਹ ਸਾਨੂੰ ਇਨਸਾਫ ਮਿਲਦਾ, ਉਸ ਮੰਦਰ ਦੇ ਵਿੱਚ ਅੱਜ ਦਿਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ, ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਮੈਂ ਆਪਣੇ ਇਤਿਹਾਸ 'ਚ ਜਿੰਨਾ ਚਿਰ ਮੈਂ ਵਕਾਲਤ ਕੀਤੀ ਹੈ, ਪਹਿਲੀ ਵਾਰ ਇਹ ਘਟਨਾ ਹੋਈ ਹੈ ਇਸ ਤਰ੍ਹਾਂ ਬਾਹਰੋਂ ਆ ਕੇ ਲੋਕ ਗੋਲੀਆਂ ਮਾਰ ਕੇ ਅਤੇ ਵਕੀਲਾਂ ਨੂੰ ਡਰਾਉਣ ਕਿ ਅਸੀਂ ਇੱਦਾਂ ਵੋਟਾਂ ਲੈਣੀਆਂ। ਮੈਂ ਤਾਂ ਆਪ ਸ਼ਰਮਸਾਰ ਹਾਂ। ਮੈਂ ਕੈਂਡੀਡੇਟ ਹਾਂ ਪ੍ਰੈਜੀਡੈਂਟ ਦਾ। ਅਸੀਂ ਉੱਤੇ ਕੋਈ ਗੋਲੀ ਦੀ ਆਵਾਜ਼ ਨਹੀਂ ਸੁਣੀ, ਨਾ ਹੀ ਇੱਥੇ ਪੁਲਿਸ ਸੀ, ਨਾ ਹੀ ਪੁਲਿਸ ਨੇ ਕੋਈ ਸੁਣੀ ਆ ਕਿ ਜਿਹੜੀ ਦੂਜੀ ਪਾਰਟੀ ਅਪੋਜਿਟ ਪਾਰਟੀ ਆ ਇਹ ਜਾਣ ਬੁੱਝ ਕੇ ਝੂਠ ਬੋਲ ਰਹੀ ਹੈ, ਨਾ ਹੀ ਅਸੀਂ ਕੋਈ ਘਟਨਾ ਹੋਈ ਹੈ। ਜਿਹੜਾ ਬਟਾਲੇ ਦੀ ਜਿਹੜੀ ਜੁਡੀਸ਼ਲ ਕੋਰਟਸ ਆ ਉੱਥੇ ਐਡਵੋਕੇਟਸ ਦੇ ਦੋ ਗਰੁੱਪ ਆ, ਉਹ ਆਪਸ ਵਿੱਚ ਜਿਹੜੇ ਹੈਗੇ ਆ ਉਲਝ ਪਏ, ਔਰ ਇਸੇ ਉਲਝਣ ਦੇ ਵਿੱਚ ਉਹਨਾਂ 'ਚੋਂ ਇੱਕ ਜਿਹੜੇ ਹੈਗੇ ਆ ਬਾਰ ਦੇ ਮੈਂਬਰ ਆ, ਐਡਵੋਕੇਟ ਆ, ਉਹਨਾਂ ਨੇ ਆਪਣੇ ਵੈਪਨ ਦੇ ਨਾਲ, ਜਿਹੜਾ ਉਹਨਾਂ ਕੋਲ ਸੈਂਸੀ ਵੈਪਨ ਸੀ, ਉਹਦੇ ਨਾਲ ਦੋ ਜਿਹੜੇ ਆ ਹਵਾਈ ਫਾਇਰ ਕੀਤੇ ਆ, ਔਰ ਹਵਾਈ ਫਾਇਰ ਕਰਨ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਰਾਊਂਡ ਅਪ ਕਰ ਲਿਆ ਅਤੇ ਜਿਹੜੀ ਅਗਲੀ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ। ਕਾਰਨ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਉਹਦੇ ਪਿੱਛੇ ਕਾਰਨ ਕੀ ਸੀਗਾ, ਕਿਉਂਕਿ ਇਹਨਾਂ ਦੀਆਂ ਬਾਰ ਦੀਆਂ ਜਿਹੜੇ ਹੈਗੇ ਆ ਜੁਡੀਸ਼ਲ ਬਾਰ ਹੈਗਾ ਇਹਦੀ ਬਾਰ ਦੀ ਇਲੈਕਸ਼ਨ ਸੀਗੀ ਅੱਜ, ਔਰ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਇਹ ਜਿਹੜੇ ਹੈਗੇ ਆ ਇਹ ਜਿਹੜੇ ਐਡਵੋਕੇਟਸ ਹੈਗੇ ਆ, ਐਡਵੋਕੇਟਸ ਇਹਨਾਂ ਦੀ ਜਿੱਥੇ ਵੀ ਸਿਟਿੰਗ ਹੁੰਦੀ ਆ ਉੱਥੇ ਇਹਨਾਂ ਦੀ ਸਿਟਿੰਗ ਦੌਰਾਨ ਕੋਈ ਤਕਰਾਰਬਾਜ਼ੀ ਜਾਂ ਬਹਿਸਬਾਜ਼ੀ ਕਿਸੇ ਕਾਰਨ ਕਰਕੇ ਜਿਹੜੀ ਹੈਗੀ ਆ ਸੰਭਾਵਨਾ ਹੋਈ ਲੱਗਦੀ ਆ, ਔਰ ਉਸ ਤੋਂ ਬਾਅਦ ਅੱਜ ਫਿਰ ਇਹ ਕਚਹਿਰੀਆਂ ਤੋਂ ਬਾਹਰ ਜਿੱਥੇ ਪਾਰਕਿੰਗ ਲੋਟ ਆ ਉੱਥੇ ਲੜੇ, ਦੋ ਫਾਇਰ ਕੀਤੇ ਆਪਣੇ ਉਹਨੇ ਪਿਸਟਲ ਨਾਲ, ਜਿਹੜੇ ਹਵਾਈ ਫਾਇਰ ਕੀਤੇ ਆ, ਨਹੀਂ ਕਿਸੇ ਦੇ ਕੋਈ ਜ਼ਖਮੀ ਜਾਂ ਹਤਾਹਤ ਹੋਣ ਦੀ ਕੋਈ ਸੂਚਨਾ।